ਨਾਗਾ ਪੋਠੋਹਰ ਜਿਸ ਦੇ ਕਟਾਸ ਰਾਜ ਵਿੱਚ ਕਈ ਪੁਰਾਤਨੀ ਵਸਤਾਂ ਅਤੇ ਇਮਾਰਤਾਂ ਦੇ ਦਰਸ਼ਨ ਹੁੰਦੇ ਨੇ। ਇਹਨਾਂ ਦੇ ਵਿੱਚੋਂ ਹੀ ਇੱਕ ਹੈ 18ਵੀਂ ਸਦੀ ਦੇ ਮਹਾਨ ਯੋਧੇ ਹਰੀ ਸਿੰਘ ਨਲਵਾ ਦੀ ਇਹ ਹਵੇਲੀ। ਖਾਲਸਾ ਰਾਜ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਕਈ ਨਾਂ, ਕਾਫੀ ਸਾਰੇ ਨਾਂ ਮੌਜੂਦ ਨੇ, ਲੇਕਿਨ ਜਦੋਂ ਜ਼ਿਕਰ ਹੋਣ ਦਾ ਜਰਨੈਲਾਂ ਦਾ ਤਾਂ ਉਸ ਦੇ ਵਿੱਚ ਹਰੀ ਸਿੰਘ ਦਾ ਨਾਂ ਜਿਹੜਾ ਹੈ, ਹਰੀ ਸਿੰਘ ਨਲਵਾ ਦਾ ਨਾਂ ਕਾਫੀ ਸੁਨਹਿਰੇ ਹਰੂਫਾਂ ਦੇ ਵਿੱਚ ਮਿਲਦਾ ਸਾਨੂੰ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਕਟਾਸ ਰਾਜ ਵਿੱਚ ਉਸ ਹਵੇਲੀ ਦਾ ਦੀਦਾਰ ਕਰਨ ਵਾਸਤੇ ਜਿਹੜਾ ਹਰੀ ਸਿੰਘ ਨਲਵਾ ਨੇ ਉਸ ਵੇਲੇ ਆਪਣੇ ਵਾਸਤੇ ਬਣਾਈ ਸੀ। ਅਤੇ ਇਹ ਉਹ ਹਵੇਲੀ ਆ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਵੀ ਕਾਇਮ ਕਰਦਾ ਸੀ। ਇਸ ਹਵੇਲੀ ਦਾ ਬਣਾਉਣ ਦਾ ਮਕਸਦ ਕੀ ਸੀ ਉਹ ਵੀ ਤੁਹਾਨੂੰ ਦੱਸਾਂਗਾ, ਲੇਕਿਨ ਸਭ ਤੋਂ ਪਹਿਲਾਂ ਇਸ ਦੇ ਦਰਸ਼ਨ ਤੁਹਾਨੂੰ ਕਰਾਉਣਾ। ਜਿਸ ਤਰ੍ਹਾਂ ਮੈਂ ਹਰੀ ਸਿੰਘ ਨਲਵਾ ਦੀ ਹਵੇਲੀ ਦਾ ਜ਼ਿਕਰ ਕਰ ਰਿਹਾ ਸੀ ਕਿ ਹਰੀ ਸਿੰਘ ਨਲਵਾ ਨੇ ਇਹ ਹਵੇਲੀ ਕਿਉਂ ਬਣਾਈ, ਇਸ ਦਾ ਬਣਾਉਣ ਦਾ ਮਕਸਦ ਇੱਕ ਹੀ ਸੀ, ਕਿਉਂਕਿ ਪੋਠੋਹਾਰ ਦਾ ਜਿਹੜਾ ਵੀ ਇਲਾਕਾ ਹੈ ਉਸ ਦਾ ਕੋਰਨਰ ਸੀ ਇਹ ਇਲਾਕਾ ਕਟਾਸ ਰਾਜ ਦਾ। ਅਤੇ ਕਾਫੀ ਸਾਰਾ, ਅਗਰ ਗੱਲ ਕੀਤੀ ਜਾਵੇ ਕਟਾਸ ਰਾਜ ਦੀ, ਤਾਂ ਕਾਫੀ ਖੂਬਸੂਰਤ ਵਿਊ ਵੀ ਇਸ ਦਾ ਸੀ। ਇਸ ਵਾਸਤੇ ਹਰੀ ਸਿੰਘ ਨਲਵਾ ਨੇ ਇੱਥੇ ਇੱਕ ਬੜੀ ਸਟਰੋਂਗ ਸੀ ਹਵੇਲੀ, ਕਾਫੀ ਮਜ਼ਬੂਤ ਦੀਵਾਰਾਂ ਨੇ ਇਸ ਦੀਆਂ ਜਿਹੜੀਆਂ ਉਹਨਾਂ ਨੇ ਬਣਾਈ ਸੀ। ਇਸ ਦਾ ਮਕਸਦ ਇੱਕੋ ਸੀ ਕਿ ਇਸ ਤੋਂ ਅੱਗੇ ਜਿਹੜੇ ਇਲਾਕੇ ਸ਼ੁਰੂ ਹੁੰਦੇ ਨੇ, ਮੈਦਾਨੀ ਇਲਾਕੇ ਨੇ, ਅਤੇ ਇੱਥੇ ਖਾਲਸਾ ਰਾਜ ਦਾ ਰਾਜ ਕਾਇਮ ਕਰਨ ਵਾਸਤੇ ਇਸ ਹਵੇਲੀ ਨੂੰ ਬਣਾਇਆ, ਤਾਂ ਕਿ ਇੱਥੋਂ ਪੂਰੇ ਇਲਾਕੇ 'ਤੇ ਨਜ਼ਰ ਰੱਖੀ ਜਾਵੇ। ਅਤੇ ਕਾਫੀ, ਅਗਰ ਗੱਲ ਕੀਤੀ ਜਾਵੇ, ਇੱਕ ਮਜ਼ਬੂਤ ਹਵੇਲੀ, ਅਤੇ ਕਾਫੀ ਸਾਰਾ ਵਕਤ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਬਿਤਾਉਂਦਾ ਸੀ, ਅਤੇ ਨਾਲੋ ਨਾਲ ਉਸਦੀ ਜਿਹੜੀ ਮਹਾਰਾਣੀ ਸਨ ਉਹ ਵੀ ਬਿਤਾਉਂਦੇ ਸਨ। ਪਾਕਿਸਤਾਨ ਦੇ ਜਿਹੜੇ ਹੈਰੀਟੇਜ ਜਾਂ ਪਾਕਿਸਤਾਨ ਦਾ ਜਿਹੜਾ ਔਕਾਫ ਮਹਿਕਮਾ ਹੈ, ਉਹਨਾਂ ਨੇ ਇਸ ਪੂਰੀ ਹਵੇਲੀ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰਨ ਦਾ ਜਿਹੜਾ ਹੈ, ਉਹਨਾਂ ਨੇ ਅੱਗੇ ਜਾ ਕੇ ਉਹਨਾਂ ਨੇ ਇਹਨੂੰ ਮਿਊਜ਼ੀਅਮ ਵਿੱਚ ਤਬਦੀਲ ਕਰਨਾ। ਅਤੇ ਉਸਦਾ ਮਕਸਦ ਇੱਕੋ ਹੀ ਹੈ, ਜਿਹੜੇ ਪੋਠੋਹਾਰ ਦੇ ਇਲਾਕੇ 'ਚ ਜਿਹੜੀ ਤਾਰੀਖਾ ਚੀਜ਼ਾਂ, ਜਿਹੜੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਹਨ, ਉਹ ਇਸ ਮਿਊਜ਼ੀਅਮ ਵਿੱਚ ਉਹ ਰੱਖਣਗੇ। ਇਸ ਦੇ ਨਾਲ ਨਾਲ ਅਗਰ ਮੈਂ ਗੱਲ ਕਰਾਂ ਇਸ ਹਵੇਲੀ ਦੇ, ਅਤੇ ਕਾਫੀ ਹਰਸਾ ਜਿਹੜਾ ਜਦੋਂ ਵੀ ਖਾਲਸਾ ਰਾਜ ਇੱਥੇ ਕਾਇਮ ਸੀ ਅਤੇ ਕਾਫੀ ਅਮਨੋ ਅਮਾਨ ਸੀ। ਹਰੀ ਸਿੰਘ ਨਲਵਾ ਦਾ ਇਹ ਛੋਟਾ ਜਿਹਾ ਕਿਲ੍ਹਾ ਕਟਾਸ ਰਾਜ ਦੀ ਇੱਕ ਉੱਚੀ ਪਹਾੜੀ ਤੇ ਬਣਿਆ ਹੋਇਆ ਹੈ, ਜਿੱਥੋਂ ਪੂਰਾ ਕਟਾਸ ਰਾਜ ਮੰਦਿਰ ਬੜੇ ਸੋਹਣੇ ਤਰੀਕੇ ਦੇ ਨਾਲ ਨਜ਼ਰ ਆਉਂਦਾ ਹੈ, ਤੇ ਨਾਲ ਹੀ ਇਸ ਇਲਾਕੇ ਦੇ ਸੋਹਣੇ ਦ੍ਰਿਸ਼ ਵੀ ਇਸ ਪਹਾੜੀ ਤੋਂ ਸਾਫ ਦੇਖੇ ਜਾ ਸਕਦੇ ਨੇ। ਕਿਲ੍ਹਾ ਰੈਕਟੈਂਗੂਲਰ ਆਕਾਰ ਦੇ ਵਿੱਚ ਬਣਿਆ ਹੋਇਆ ਹੈ, ਜਿਸ ਦੀ ਬਾਹਰੀ ਕੰਧ ਲਗਭਗ 5 ਮੀਟਰ ਉੱਚੀ ਦੱਸੀ ਜਾਂਦੀ ਹੈ, ਅਤੇ ਕਿਲ੍ਹੇ ਦੀ ਪੱਛਮੀ ਕੰਧ ਵੱਲ ਇੱਕ ਪ੍ਰਵੇਸ਼ ਦੁਆਰ ਹੈ। ਇਸ ਵੇਲੇ ਸਾਡੀ ਟੀਮ ਜਿਹੜੀ ਆ ਉਹ ਮੌਜੂਦ ਆ ਹਰੀ ਸਿੰਘ ਨਲਵਾ ਦਾ ਗ੍ਰੇਟ ਅਤੇ ਹਵੇਲੀ ਵਿੱਚ। ਗੱਲ ਕਰਾਂਗੇ, ਸਾਡੇ ਨਾਲ ਕੁਝ ਸਿੱਖ ਯਾਤਰੀ ਇੱਥੇ ਮੌਜੂਦ ਨੇ, ਅਤੇ ਖੁਸ਼ਕਿਸਮਤੀ ਸਾਡੀ ਇਹ ਹੈ ਕਿ ਉਹਨਾਂ ਦੇ ਵਾਸਤੇ ਇਹ ਹਵੇਲੀ ਖੋਲ੍ਹੀ ਗਈ ਅਤੇ ਸਾਡੀ ਵੀ ਐਂਟਰੀ ਹੋਈ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਪਹਿਲੇ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿੱਥੋਂ ਆਇਆ ਤੁਸੀਂ ਅਤੇ ਅੱਜ ਹਵੇਲੀ ਵੇਖ ਕੇ ਤੁਹਾਨੂੰ ਕਿਵੇਂ ਲੱਗਿਆ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਜਾਣੇ USA ਤੋਂ ਆਏ ਹਾਂ, ਡਿਫਰੈਂਟ ਸਿਟੀ ਤੋਂ USA ਤੋਂ, ਅਤੇ ਇੱਥੇ ਸਾਡੇ ਅਸੀਂ ਆਏ ਹਾਂ ਅਤੇ ਹਵੇਲੀ ਦੇਖਣ ਆਏ ਹਾਂ, ਅਤੇ ਉਸ ਤੋਂ ਇਲਾਵਾ ਸਿੱਖ ਹੈਰੀਟੇਜ ਟੂਰ 'ਤੇ ਆਏ ਹਾਂ, ਅਤੇ ਇੰਨਾ ਇੰਜੋਏ ਕਰ ਰਹੇ ਹਾਂ ਕਿ ਕੋਈ ਇਹਦਾ ਕੋਈ ਸਾਡੇ ਕੋਲ ਅਲਫਾਜ਼ ਨਹੀਂ ਜਿਹਦੇ ਨਾਲ ਅਸੀਂ ਬਿਆਨ ਕਰ ਸਕੀਏ ਕਿੰਨਾ ਕਿਸੇ ਆਨੰਦ ਲੈ ਰਹੇ ਹਾਂ। ਸਾਡੇ ਨਾਲ ਇੱਕ ਭੈਣ ਜੀ ਵੀ ਮੌਜੂਦ ਹੈ, ਉਹਨਾਂ ਨਾਲ ਗੱਲ ਕਰਾਂਗੇ ਕਿ ਪਾਕਿਸਤਾਨ ਦਾ ਜਦੋਂ ਨਾਂ ਆਉਂਦਾ ਤਾਂ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ, ਕਿਉਂਕਿ ਬਾਬਾ ਜੀ ਦੀ ਧਰਤੀ ਆ ਅਤੇ ਸਾਡੇ ਗੁਰੂਆਂ ਦੀ ਧਰਤੀ ਆ। ਫਿਰ ਮਹਾਰਾਜਾ ਰਣਜੀਤ ਸਿੰਘ ਇੱਕ ਅਜ਼ੀਮ ਖਾਲਸਾ ਰਾਜ ਰੱਖਣ ਦੇ ਫਾਊਂਡਰ ਸਨ, ਅਤੇ ਆ ਕੇ ਇਹਨੇ ਤੁਹਾਨੂੰ ਇੱਥੇ ਕੋਈ ਮਨ ਦੀ ਸ਼ਾਂਤੀ ਮਿਲੀ? ਬਹੁਤ ਸ਼ਾਂਤੀ ਮਿਲੀ, ਇਤਨਾ ਪਿਆਰ ਮੁਹੱਬਤ ਮਿਲੀ ਹੈ, ਮੈਂ ਦੱਸ ਹੀ ਨਹੀਂ ਸਕਦੀ ਮੈਂ ਕਿਸ ਅਲਫਾਜ਼ ਨਾਲ ਉਹਨਾਂ ਨੂੰ ਆਪ ਜੀ ਅੱਗੇ ਬਿਆਨ ਕਰਾਂ। ਸਾਡਾ ਦਿਲ ਬਹੁਤ ਅੰਦਰੋਂ ਖੁਸ਼ ਹੈ, ਅਸੀਂ ਸਾਰੇ ਆਪਣੇ ਭਰਾਵਾਂ ਭੈਣਾਂ ਨੂੰ ਮਿਲਿਆ, ਇਹ ਮਨ ਵਿੱਚ ਬੜੇ ਹੀ ਅੱਛੀ ਸਾਡੇ ਸਕੂਨ ਮਿਲਿਆ ਹੈ। ਹਵੇਲੀ ਦੇ ਅੰਦਰ ਦੇਖਣ ਤੇ ਪਤਾ ਚੱਲਦਾ ਹੈ ਕਿ ਇਸ ਦੀ ਸਮੇਂ-ਸਮੇਂ ਤੇ ਮੁਰੰਮਤ ਜ਼ਰੂਰ ਕੀਤੀ ਗਈ ਹੈ, ਪਰ ਇਸ ਦੇ ਪੁਰਾਣੇ ਲੱਕੜੀ ਦੇ ਦਰਵਾਜ਼ੇ ਅਤੇ ਹੋਰ ਸਾਜੋ ਸਮਾਨ ਅਜੇ ਤੱਕ ਸੰਭਾਲ ਕੇ ਰੱਖੇ ਹੋਏ ਨੇ, ਜਿਸ ਦੇ ਉੱਪਰ ਕੀਤੀ ਕਲਾਕਾਰੀ ਪੁਰਾਤਨਤਾ ਦਾ ਅਹਿਸਾਸ ਵੀ ਦਵਾਉਂਦੀ ਹੈ। ਦੱਸ ਦਈਏ ਕਿ ਪਾਕਿਸਤਾਨ ਸਰਕਾਰ ਵੱਲੋਂ ਇਸ ਹਵੇਲੀ ਨੂੰ ਸਾਂਭ ਕੇ ਰੱਖਿਆ ਹੋਇਆ ਹੈ, ਤਾਂ ਕਿ ਆਉਣ ਵਾਲੀ ਸੰਗਤ ਇਸ ਮਹਾਨ ਯੋਧੇ ਦੀ ਇਸ ਹਵੇਲੀ ਦੇ ਦਰਸ਼ਨ ਕਰ ਸਕੇ। ਪਾਕਿਸਤਾਨ ਤੋਂ ਹਰਮੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ TV। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ,
5 लाख रुपए देना तुसी वीजा लगन तो बाद देना जिदे विच तुहाडी 1 साल की कॉलेज की फीस इंक्लूड है। तुसी ब्रैम्पटन जाना चाहते हो, सरी जाना चाहते हो, सिर्फ 5 लाख रुपए च जाओगे, ये भी पैसे तुसी वीजा लगन तो बाद देने। All World Open Challenge 17-time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran Sitta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed mobile 84374 94647 84374 94648।